ਸਾਡੇ ਨਵੇਂ ਇੱਕ ਸਾਡੇ ਡੇਰੇ ਤੋਂ 6 ਕਿਲੋਮੀਟਰ ਤੇ ਪੱਟੋ ਪਿੰਡ ਹੈ। ਜਿਮੀਦਾਰ ਦਾ ਮੁੰਡਾ 25 ਸਾਲ ਦੀ ਉਮਰ ਗੁਰਦੇ ਖਰਾਬ ਹੋ ਗਏ। ਗੁਰਦੇ ਖਰਾਬ ਹੋਏ DMC ਲੁਧਿਆਣੇ ਡਾਕਟਰ ਨੇ ਚਿੱਟਾ ਕੱਪੜਾ ਪਾ ਕੇ ਭੇਜਦਾ ਸੰਸਕਾਰ ਕਰ ਦੋ, ਇਹ 'ਚ ਕੁਛ ਨਹੀਂ ਹੈ। ਸਾਡੇ ਗੁਰਦੁਆਰੇ ਦੇ ਨਾਲ ਮੜੀਆਂ ਨੇ ਨਾਲੇ ਕਈ ਪਿੰਡਾਂ ਦੇ ਨਾਲੇ ਨਾਲੇ ਉਸ ਬੱਚੇ ਨੂੰ ਸੰਸਕਾਰ ਕਰਨ ਵਾਸਤੇ ਆਏ। ਉਹਦੇ ਘਰ ਜਿਹੜੀ ਲੜਕੀ ਸੀ ਉਹਦੇ ਅਸੀਂ ਆਨੰਦ ਕਾਰਜ ਕਰਾਏ ਸੀ। ਜਦੋਂ ਉਹਦਾ ਸੰਸਕਾਰ ਕਰਨ ਵਾਸਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਈ, ਮੈਂ ਕੁਰਸੀ 'ਤੇ ਬੈਠਾ ਸੀ, 4 ਦਾ ਮਹੀਨਾ ਸੀ, ਧੁੱਪਾਂ 'ਚ ਬਾਹਰ ਭੱਜ ਕੇ ਆਈ। ਚਾਨਣ 'ਚ ਡੇਕੀ ਭੁੱਬਾਂ ਮਾਰੇ, ਮਹਾਰਾਜ ਤੁਹਾਨੇ ਮੈਨੂੰ ਸਵਾਗਤ ਕੀਤਾ ਸੀ, ਤੁਹਾਨੇ ਆਨੰਦ ਕਾਰਜ ਕਰਾਏ ਸੀ ਸਾਡੇ, ਪਰ ਅੱਜ ਮੈਂ ਰੰਡੀ ਹੋਣੀ ਹੈ, ਮੈਨੂੰ ਰੰਡੀ ਨਾ ਆਉਣ ਦੇਵੋ। ਮੈਂ ਕਿਹਾ ਬੀਬਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਓਟ ਆਸਰਾ ਹੁਣ ਵੀ ਤੱਕ ਲਓ, ਹੁਣ ਵੀ ਕੁਛ ਨਹੀਂ ਮਿਲਿਆ। ਮੈਂ ਕਿਹਾ ਐਂ ਕਰੋ, ਇਹਨੂੰ ਲਾ ਦਿਓ ਉੱਤੇ, ਲਾ ਤਾ। 4-5 ਪਿੰਡਾਂ ਦੇ ਬੰਦੇ ਖੜੇ ਨੇ ਇਕੱਠ ਹੋਇਆ ਹੁਣ ਸੰਸਕਾਰ ਕਰਨ ਵਾਸਤੇ। ਆਪਣੇ ਸਟੇਜ ਆ ਉੱਥੇ ਗੁਰਦੁਆਰੇ ਦੀਵਾਨ ਲੱਗਦੇ ਨੇ ਜਿੱਥੇ, ਮੈਂ ਸਟੇਜ ਦੇ ਉੱਪਰ ਨੂੰ ਮੰਗਾ ਲਿਆ, ਮੰਗਾ ਕੇ ਚਿੱਟਾ ਕੱਪੜਾ ਲਾ ਤਾ ਉਹਦੇ ਉੱਪਰੋਂ। ਆਪਣੇ ਜੱਥੇ ਵਾਲੇ ਬੰਦੇ ਮੰਗਾਏ, ਮੈਂ ਕਿਹਾ ਸਾਰੇ ਮੂਲ ਮੰਤਰ ਦਾ ਪਾਠ ਲੱਗ ਜਾਓ ਕਰ। ਉਹਦੇ ਆਲੇ ਦੁਆਲੇ ਉੱਚੀ ਉੱਚੀ ਮੂਲ ਮੰਤਰ ਦਾ ਪਾਠ ਕਰਨ ਲੱਗ ਜਾਓ। ਗੁਰਪੁਰਬ ਸਾਰਾ ਜਥਾ ਉੱਚੀ ਉੱਚੀ ਉਹਦੇ ਆਲੇ ਦੁਆਲੇ ਬੈਠ ਕੇ ਅਸੀਂ ਮੂਲ ਮੰਤਰ ਦਾ ਪਾਠ ਕਰਨ ਲੱਗ ਗਏ। 1/2 ਘੰਟਾ ਪਾਠ ਕੀਤਾ, 1/2 ਘੰਟੇ ਤੋਂ ਬਾਅਦ ਉਹ ਮਾੜਾ ਜਿਹਾ ਹਿੱਲਿਆ ਹਿੱਲਿਆ ਔਰ ਉੱਥੇ ਅੰਬਰ ਦਾ ਚੂੜਾ ਮਾਰਿਆ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿ ਕੇ ਉਹਨੂੰ ਕਿਹਾ ਗੁਰਮੁਖਾ, ਉੱਠ ਗੁਰੂ ਨਾਨਕ, ਗੁਰੂ ਨਾਨਕ ਕਹਿ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ, ਤੇਰਾ ਕੁਛ ਨਹੀਂ ਬਿਗੜਿਆ, ਜਪਣਾ ਹੁਣ ਨਹੀਂ। ਗੁਰਮੁਖ ਉੱਠ ਕੇ ਬੈਠਾ ਹੋ ਗਿਆ। ਕਿੱਡੀ ਬੜੀ ਸ਼ਕਤੀ ਹੈ ਜਿਹਨੇ ਦੇਖਣਾ ਹੋਵੇ। 4-5 ਕਿਲੋਮੀਟਰ ਤੇ ਮੇਰੇ ਡੇਰੇ ਤੋਂ ਪਿੰਡਾਂ ਮੈਂ ਦਿਖਾ ਦੂੰਗਾ, ਮੁੰਡਾ ਅੱਜ ਵੀ ਜਿਉਂਦਾ। ਇਹ ਬਾਣੀ ਤਾਂ ਮਰਿਆ ਉਹਨੂੰ ਜੀਵਨ ਦਿੰਦੀ ਹੈ, ਫਿਰ ਆਪਾਂ ਨੂੰ ਵਾਰਾਂ ਨੂੰ ਜੀਵਨ ਨਹੀਂ ਦਊਗੀ, ਨਹੀਂ, ਸਾਡੀ ਸ਼ਰਧਾ ਖਤਮ ਹੋ ਗਈ। ਬਾਣੀ ਉੱਪਰ ਸਾਡੀ ਸ਼ਰਧਾ ਨਹੀਂ ਹੈ, ਅਸੀਂ ਕੀ ਕਰਦੇ ਹਾਂ, ਡਾਕਟਰਾਂ ਦੇ ਸਿਆਣਿਆਂ ਦੇ ਭੱਜੇ ਫਿਰੀ ਜਾਂਦੇ ਹਾਂ, ਬਾਣੀ ਨੂੰ ਭੁੱਲ ਜਾਂਦੇ ਹਾਂ, ਬਾਣੀ ਨੂੰ ਭੁੱਲ ਜਾਂਦੇ ਹਾਂ, ਗੁਰਸ਼ਬਦ ਨੂੰ ਭੁੱਲ ਜਾਂਦੇ ਹਾਂ,